ਹੋਰ ਕਿਸੇ ਨੂੰ ਮਿਲ ਕੇ ਰੱਬ ਚੇਤੇ ਆਵੇ ਨਾ ਆਵੇ, ਪਰ ਸਾਧ ਸੰਗਤ ਇਹਨਾਂ ਨੂੰ ਵੇਖ ਕੇ, ਇਹਨਾਂ ਪਿਆਰਿਆਂ ਨੂੰ ਦੇਖ ਕੇ ਰੱਬ ਜ਼ਰੂਰ ਚੇਤੇ ਆਉਂਦਾ। ਹਾਂ, ਬਹੁਤ ਸੇਵਾ ਕਰਦੇ ਆ ਦਿਨ ਰਾਤ, ਹੋਰੋਂ ਚੀਜ਼ ਮਿਲੇ ਨਾ ਮਿਲੇ ਮੈਨੂੰ ਪਹਿਲਾਂ ਦਿੰਦੇ ਅਗਲੇ। ਸੋ ਮੈਂ ਵਿਸਰ ਨਾ ਜਾਇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਸਭਨਾ ਜੀਆਂ ਨਾਮ ਵਾਹਿਗੁਰੂ। ਬੋਲੋ ਸਾਰੇ, ਸਾਤੇ ਨਾਮ ਵਾਹਿਗੁਰੂ, ਸਾਤੇ ਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਾਤੇ ਨਾਮ ਵਾਹਿਗੁਰੂ, ਸਾਤੇ ਨਾਮ ਵਾਹਿਗੁਰੂ, ਸਾਤੇ ਨਾਮ ਵਾਹਿਗੁਰੂ। ਮੈਂ ਵਿਸਰਨਾ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜੀ ਸੋ ਮੈਂ ਵਿਸਰ ਨਾ ਜਾਇ ਸਭਨਾ ਜੀਆਂ, ਮੈਂ ਵਿਸਰ ਨਾ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਸੋ ਮੈਂ ਵਿਸਰ ਨਾ ਜਾਇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜੀ ਸੋ ਮੈਂ ਵਿਸਰ ਨਾ ਜਾਇ ਸਭਨਾ ਜੀਆਂ, ਮੈਂ ਵਿਸਰ ਨਾ ਸਭਨਾ ਜੀਆਂ ਕਾ ਇੱਕ ਦਾਤਾ। ਹਾਂਜੀ, ਮੈਂ ਪ੍ਰਕਾਸ਼ ਸਿੰਘ, ਮੇਰੀ ਬਹੁਤ ਮੰਦੀ ਹਾਲਤ ਸੀ, ਹੁਣ ਮੈਂ ਠੀਕ ਹਾਂ, ਬਸ ਕੋਈ ਐਸੀ ਗੱਲ ਨਹੀਂ, ਦਵਾ ਬੂਟੀ ਮੇਰੀ ਸਹੀ ਚੜ੍ਹ ਰਹੀ ਹੈ, ਸਹੀ ਰਿਹਾ ਮੈਂ। ਕਿਤੇ ਤੁਹਾਨੂੰ ਇਸ ਤਰ੍ਹਾਂ ਕਿੱਦਾਂ ਮਹਿਸੂਸ ਹੁੰਦਾ, ਕਿੱਦਾਂ ਮਹਿਸੂਸ ਹੋ ਰਿਹਾ ਜੀ, ਕਿਵੇਂ? ਨਹੀਂ, ਬਹੁਤ ਵਧੀਆ, ਬਹੁਤ ਵਧੀਆ, ਵਧੀਆ ਕਰਦੇ ਨੇ, ਪੂਰੀ ਪੂਰੀ ਪੂਰੀ, ਜਿੰਨੀ ਰੱਬ ਦੇ ਵੀ ਜ਼ਿਆਦਾ ਜੀ, ਰੱਬ ਦਾ ਕਰਦੇ 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 ਪਹਿਲਾਂ ਕਰਦੇ ਹਾਂ। ਹਾਂ, ਬਹੁਤ ਸੇਵਾ ਕਰਦੇ ਆ ਦਿਨ ਰਾਤ, ਹੋਰੋਂ ਚੀਜ਼ ਮਿਲੇ ਨਾ ਮਿਲੇ ਮੈਨੂੰ ਪਹਿਲਾਂ ਦਿੰਦੇ ਅਗਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾ ਇੱਕ ਦਾਦਾ ਸਭਨਾ ਜੀਆਂ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਦਾ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਦਾ ਸੋ ਮੈਂ ਵਿਸਰ ਨਾ ਜੀ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਸਭਨਾ ਜੀਆਂ ਕਾ ਇੱਕ ਦਾਦਾ ਸਭਨਾ ਜੀਆਂ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਦਾ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਦਾ ਸੋ ਮੈਂ ਵਿਸਰ ਨਾ ਜੀ ਸੋ ਮੈਂ ਵਿਸਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਅਮਰਪਾਲ ਸਿੰਘ ਐਲਾਬਾਦ ਹਰਪ੍ਰਭ ਸੇਵਾ ਸਿਮਰਨ ਆਸਰਾ ਦੀ ਤਰਫੋਂ ਖਾਸ ਕਰ ਸਾਡੇ ਮੁੱਖ ਸੇਵਾਦਾਰ ਵੀਰ ਜਸਵਿੰਦਰ ਸਿੰਘ ਜੀ ਜਿਨ੍ਹਾਂ ਦੀ ਦੇਖ ਰੇਖ 'ਚ ਸਾਰਾ ਟਰੱਸਟ ਚੱਲ ਰਿਹਾ। ਮੈਂ ਅੱਜ ਜੋ ਲੁਧਿਆਣਾ ਤੋਂ ਬਾਬਾ ਜੀ ਸਰਬਜੀਤ ਸਿੰਘ ਜੀ ਦੇ ਨਾਲ ਜਿੰਨੀ ਵੀ ਸਾਧ ਸੰਗਤ ਆਈ ਹੈ ਇਹਨਾਂ ਸਾਰਿਆਂ ਨੂੰ ਇੱਥੋਂ ਜੀ ਆਇਆਂ ਕਹਿੰਦਾ ਹਾਂ। ਔਰ ਇਹਨਾਂ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਠੰਡ ਦੇ ਟਾਈਮ 'ਚ ਸਾਰੀ ਜਿੰਨੇ ਵੀ ਪਿਆਰੇ ਸਾਡੇ ਕੋਲ 300 ਪਿਆਰੇ ਨੇ 313 ਦੀ ਸੰਖਿਆ 'ਚ ਵੀਰ ਭੈਣ ਦੋਨੋਂ ਮਿਲਾ ਕੇ ਉਹਨਾਂ ਨੂੰ ਕੰਬਲ ਦੀ ਸੇਵਾ ਇਹਨਾਂ ਨੇ ਕਰਵਾਈ ਹੈ। ਮੈਂ ਸਾਰੇ ਹੀ ਸੰਸਥਾ ਦੇ ਮੈਂਬਰਾਂ ਵੱਲੋਂ ਖਾਸ ਕਰ ਵੀਰ ਜਸਵਿੰਦਰ ਸਿੰਘ ਜੋ ਸਾਡੇ ਪ੍ਰਧਾਨ ਨੇ ਸੰਸਥਾ ਦੇ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕਸ ਕਰਦਾ ਇਹਨਾਂ ਦਾ। ਮੈਂ ਹੋਰ ਇੱਕ ਗੱਲ ਥੋੜ੍ਹੀ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਇਸ ਸੰਸਥਾ ਦਾ ਮੋਟੋ ਮਾਨਵਤਾ ਦੀ ਸੇਵਾ ਹੈ। ਸਾਡੇ ਇੱਥੇ ਕੋਈ ਧਰਮ ਦਾ ਬਰਾਦਰੀ ਦਾ ਕੋਈ ਨਹੀਂ ਹੈ। ਜਿਹੜਾ ਵੀ ਇਹ ਸਹਾਏ ਲੋਕ ਹੈ ਉਹਦੀ ਸਹਾਇਤਾ ਲਈ ਅਸੀਂ ਹਮੇਸ਼ਾ ਤਤਪਰ ਰਹਾਂਗੇ। ਮੈਂ ਇੱਕ ਵਾਰੀ ਫਿਰ ਜੋ ਵੀ ਸਰਬਜੀਤ ਸਿੰਘ ਜੀ ਨਾਲ ਭਾਈ ਸਾਹਿਬ ਜੀ ਨਾਲ ਸਾਧ ਸੰਗਤ ਵੀਰ ਜੋ ਵੀ ਆਏ ਨੇ ਚੱਲ ਕੇ ਲੁਧਿਆਣਾ ਤੋਂ ਉਹਨਾਂ ਦਾ ਫਿਰ ਜੀ ਆਇਆਂ। ਧੰਨਵਾਦ, ਥੈਂਕ ਯੂ ਜੀ। ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੱਸ ਰਹੇ ਇਸ ਸੇਵਾ ਦੇ ਮਾਨਵ ਦਾ ਸੇਵਾ ਦੀ ਅਸਥਾਨ ਜੋ ਹੈ ਹਰਪ੍ਰਭ ਆਸਰਾ ਸੇਵਾ ਐਲਨਾਬਾਦ ਟਰੱਸਟ, ਜੋ ਕਿ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਚਲਾ ਰਹੇ ਹਨ। ਸਤਿਗੁਰੂ ਜੀ ਨੇ ਇਹਨਾਂ ਨੂੰ ਸੇਵਾ ਬਖਸ਼ਿਸ਼ ਕੀਤੀ ਹੈ, ਜੋ ਸਭ ਤੋਂ ਵੱਡੀ ਸੇਵਾ ਹੈ। ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗਾਹ ਵੈਸਣ ਪਾਈਏ। ਸਾਧ ਸੰਗਤ ਜੀ, ਸੰਸਾਰ ਦੁਨੀਆ ਵਿੱਚ ਜੇ ਕਿਸੇ ਪਰਿਵਾਰ ਦਾ ਕੋਈ ਇੱਕ ਮੈਂਬਰ ਬਿਮਾਰ ਹੋਵੇ ਉਹਨੂੰ ਸਾਂਭਣਾ ਔਖਾ ਹੋ ਜਾਂਦਾ, ਪਰ ਇਹ ਬਹੁਤ ਵੱਡੀ ਸੇਵਾ ਨਿਭਾ ਰਹੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਤੋਂ ਸੇਵਾ ਲੈ ਰਹੇ ਨੇ। ਅੱਜ ਦਾਸਰਿਆਂ ਵੱਲੋਂ ਇਸ ਸਥਾਨ 'ਤੇ ਸਾਨੂੰ ਆਉਣ ਦਾ ਸਤਿਗੁਰੂ ਜੀ ਨੇ ਸੇਵਾ ਸੁਭਾਗ ਬਖਸ਼ਿਸ਼ ਕੀਤਾ। ਬਹੁਤ ਸਾਰੀਆਂ ਸੰਗਤਾਂ ਦੀ ਜੋ ਸੇਵਾ ਸੀ ਕਿ ਠੰਡ ਕਰਕੇ, ਕਿਉਂਕਿ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਨਾਇਆ ਹੈ, ਉਹਨਾਂ ਸੰਗਤਾਂ ਦੀ ਸੇਵਾ ਕੰਬਲਾਂ ਦੇ ਰੂਪ ਵਿੱਚ ਇਸ ਸਥਾਨ 'ਤੇ ਜੋ ਬਿਮਾਰ ਮਰੀਜ਼ ਹਨ ਉਹਨਾਂ ਵਾਸਤੇ ਕੀਤੀ ਜਾਵੇ।
ਸੋ ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਡੀ ਤਾਂ ਸਿਰਫ ਇੱਥੇ ਆਉਣ ਦੀ ਸੇਵਾ ਹੈ ਸਾਧ ਸੰਗਤ, ਬਾਕੀ ਸਾਰੀਆਂ ਸੇਵਾਵਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੰਗਤਾਂ ਤੋਂ ਆਪ ਕਰਵਾਉਂਦੇ ਹਨ। ਮੈਂ ਉਹਨਾਂ ਸਮੂਹ ਸੰਗਤਾਂ ਦਾ ਸਤਿਕਾਰਯੋਗ ਭੈਣ ਪਲਵਿੰਦਰ ਕੌਰ ਜੀ ਕੈਲਗਰੀ ਜੋ ਕੈਨੇਡਾ ਵਿੱਚ ਹਨ, ਔਰ ਹੋਰ ਭੈਣਾਂ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦੀ ਹਾਂ। ਢਿੱਲੋਂ ਸਾਹਿਬ ਮਾਛੀਵਾੜੇ ਵਾਲੇ ਜਿਨ੍ਹਾਂ ਰਲ ਮਿਲ ਕੇ ਸੇਵਾ ਕੀਤੀ, ਜੋ ਅੱਜ ਇੱਥੇ ਇਸ ਸਥਾਨ ਵਾਸਤੇ ਜਿੰਨੇ ਬਿਮਾਰ ਮਰੀਜ਼ ਹਨ ਉਹਨਾਂ ਦੇ ਕੰਬਲਾਂ ਦੀ ਸੇਵਾ ਹੋਈ ਹੈ। ਸੋ ਸਤਿਗੁਰੂ ਸੇਵਾ ਕਰਨ ਕਿਰਪਾ ਕਰਨ ਉਹਨਾਂ ਸਮੂਹ ਸੰਗਤਾਂ ਦੀਆਂ ਸੇਵਾਵਾਂ ਕੀਤੀਆਂ ਸਫਲ ਹੋਣ। ਮੈਂ ਅੱਜ ਇਹੀ ਬੇਨਤੀ ਕਰਾਂਗਾ ਸਮੂਹ ਸੰਗਤਾਂ ਦੇ ਚਰਨਾਂ ਵਿੱਚ, ਭਾਈ ਜਿੱਥੇ ਹੋਰ ਵੱਡੀਆਂ ਵੱਡੀਆਂ ਤੁਸੀਂ ਸੇਵਾਵਾਂ ਕਰਦੇ ਹੋ, ਸਤਿਗੁਰੂ ਜੀ ਨੇ ਸਿੱਖਾਂ ਨੂੰ ਬਹੁਤ ਵੱਡੀ ਸੇਵਾ ਬਖਸ਼ਿਸ਼ ਕੀਤੀ ਹੈ, ਵੱਡੇ ਵੱਡੇ ਲੰਗਰ ਲੱਗਦੇ ਹਨ, ਵੱਡੀਆਂ ਵੱਡੀਆਂ ਸੇਵਾਵਾਂ ਹੁੰਦੀਆਂ ਹਨ। ਸਤਿਗੁਰੂ ਕਿਰਪਾ ਕਰਨ ਉਹਨਾਂ ਸੇਵਾਵਾਂ ਦੇ ਨਾਲ ਨਾਲ ਆਪਾਂ ਇੱਧਰ ਵੀ ਇਹ ਸੇਵਾ ਜ਼ਰੂਰ ਕਰਨੀ ਹੈ। ਹੁਣ ਵੀਰ ਜੀ ਹੁਣਾਂ ਨੇ ਪਹਿਲਾਂ ਕਾਫੀ ਸਮੇਂ ਤੋਂ ਕਿਰਾਏ 'ਤੇ ਜਗ੍ਹਾ ਲੈ ਕੇ ਆਸ਼ਰਮ ਚੱਲ ਰਿਹਾ ਸੀ, ਹੁਣ ਇਹ ਜੋ ਸੇਵਾ ਕੇਂਦਰ ਹੈ ਪਾਸ ਹੀ ਜਗ੍ਹਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਉਹ ਵੀਰ ਜੀ ਅਸਥਾਨ ਬਣਾ ਰਹੇ ਨੇ ਬਿਲਡਿੰਗ, ਉਹ ਵੀ ਅਸੀਂ ਜ਼ਰੂਰ ਤੁਹਾਨੂੰ ਇੱਕ ਵਾਰ ਦਿਖਾਵਾਂਗੇ। ਉਹਦੇ ਵਾਸਤੇ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਾ ਐਡਰੈਸ ਪਤਾ ਨੰਬਰ ਕੌਣ ਸਭ ਕੁਝ ਅਸੀਂ ਤੁਹਾਨੂੰ ਦਿਖਾ ਦੇਣਾ ਹੈ, ਔਰ ਕਿਰਪਾ ਕਰਕੇ ਸਿੱਧਾ ਸੰਪਰਕ ਕਰਕੇ ਵੱਧ ਤੋਂ ਵੱਧ ਸੇਵਾਵਾਂ ਕਰੋ, ਤਾਂ ਜੋ ਮਨੁੱਖਤਾ ਦੀ ਜੋ ਸੇਵਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ੀ ਹੈ, ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ, ਇਹ ਕਰਕੇ ਆਪਾਂ ਆਪਣਾ ਜੀਵਨ ਸਫਲ ਕਰ ਸਕੀਏ, ਇਹ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ। ਅੱਜ ਦੱਸ ਰਿਆਂ ਦੇ ਨਾਲ ਸਤਿਕਾਰਯੋਗ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਜੀ ਚੌਹਾਨ ਅਤੇ ਹੋਰ ਨਾਲ ਗੁਰਮੁਖ ਪਿਆਰੇ ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਟਿੱਬੀ ਵਾਲੇ, ਹੋਰ ਮਨੁੱਖ ਪਿਆਰੇ ਸਾਰੇ ਆਏ ਨੇ। ਕਾਰ ਸੇਵਾ ਸੰਤ ਬਾਬਾ ਗੁਰਦੇਵ ਸਿੰਘ ਜੀ ਬਨੂੜ, ਜੋ ਹਜ਼ੂਰ ਸਾਹਿਬ ਕਾਰ ਸੇਵਾ ਬਾਬਾ ਸ਼ੀਸ਼ਾ ਸਿੰਘ ਜੀ ਉਸ ਅਸਥਾਨ ਦੀ ਸੇਵਾ ਨਿਭਾ ਰਹੇ ਹਨ, ਬਾਬਾ ਗੁਰਦੇਵ ਸਿੰਘ ਜੀ ਉੱਥੋਂ ਸੇਵਾਦਾਰ ਨਾਲ ਆਏ ਹਨ, ਸਾਰਿਆਂ ਦਾ ਹੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਸਤਿਗੁਰੂ ਸਾਰਿਆਂ ਦੀ ਸੇਵਾ, ਜਿੰਨੀ ਜਿੰਨੀ ਵੀ ਕਿਸੇ ਨੇ ਸੇਵਾ ਕੀਤੀ ਹੈ ਉਹਨਾਂ ਦੀ ਸੇਵਾ ਪ੍ਰਵਾਨ ਕਰਨ। ਸੋ ਸਾਧ ਸੰਗਤ ਇਹ ਦਿਖਾਉਣ ਦਾ ਮਕਸਦ ਇਹ ਨਹੀਂ ਹੈ ਕਿ ਕੋਈ ਅਸੀਂ ਐਡਵਰਟਾਈਜਮੈਂਟ ਕਰ ਰਹੇ ਹਾਂ ਜਾਂ ਆਪਣੀ ਮਸ਼ਹੂਰੀ ਵਾਸਤੇ, ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਮੂਹ ਸੰਗਤਾਂ ਨੂੰ, ਭਾਈ ਇਸ ਵਾਸਤੇ ਸੰਗਤਾਂ ਵਾਸਤੇ ਇਹ ਵੀਡੀਓ ਬਣਾ ਕੇ ਪਾ ਰਹੇ ਹਾਂ, ਤਾਂ ਜੋ ਹੋਰ ਸੰਗਤਾਂ ਦੇ ਅੰਦਰ ਚਾਓ ਪੈਦਾ ਹੋਵੇ, ਜਿੱਥੇ ਸੇਵਾ ਦੀ ਜ਼ਰੂਰਤ ਹੈ ਆਪਾਂ ਉੱਥੇ ਪਹੁੰਚ ਕੇ ਸੇਵਾ ਕਰ ਸਕੀਏ। ਇਸ ਵਾਸਤੇ ਇਹ ਵੀਡੀਓ ਸੰਗਤਾਂ ਤੱਕ ਪਹੁੰਚਾਈ ਜਾ ਰਹੀ ਹੈ, ਹੋਰ ਕਿਸੇ ਨਾਮ ਬਣਾਉਣ ਵਾਸਤੇ ਨਹੀਂ। ਸੋ ਇਹ ਮੇਰੀ ਬੇਨਤੀ ਜ਼ਰੂਰ ਸੰਗਤਾਂ ਪ੍ਰਵਾਨ ਕਰਨ, ਜਿਨ੍ਹਾਂ ਤੱਕ ਵੀ ਇੱਥੋਂ ਦਾ ਐਡਰੈਸ ਨੰਬਰ ਅਤਾ ਪਤਾ ਪਹੁੰਚੇ ਉਹ ਪਹੁੰਚ ਕੇ ਸੇਵਾ ਕਰਨ। ਸਾਰੀਆਂ ਸੰਗਤਾਂ ਦਾ ਧੰਨਵਾਦ, ਗੁਰੂ ਨਾਨਕ ਸਾਹਿਬ ਮਹਾਰਾਜ ਸੇਵਾ ਕਰਨ ਅਸੀਂ ਇਸ ਮਿਸ਼ਨ 'ਤੇ ਕੰਮ ਕਰ ਸਕੀਏ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ 'ਚ ਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਧ ਸੰਗਤ ਜਿਹੜੇ ਇੱਥੇ ਮਰੀਜ਼ ਹਨ ਉਹਨਾਂ ਨੂੰ ਇਹ ਵੀਰ ਜੀ ਜਿਵੇਂ ਪਿੰਗਲਵਾੜੇ ਪਿਆਰੇ ਕਹਿ ਕੇ ਬੁਲਾਉਂਦੇ ਹਨ, ਇੱਦਾਂ ਇਹਨਾਂ ਨੂੰ ਪਿਆਰੇ ਕਹਿੰਦੇ ਹਨ। ਆਪਾਂ ਅਰਦਾਸ ਕਰਦੇ ਸਹੀ ਪਿਆਰੇ ਮੇਲ, ਬਾਕੀਆਂ ਨੂੰ ਤਾਂ ਮਿਲ ਕੇ ਜ਼ਰੂਰ ਆਪਾਂ ਕਹਿੰਦੇ ਵੀ ਰੱਬ ਚੇਤੇ ਆਵੇ, ਹੋਰ ਕਿਸੇ ਨੂੰ ਮਿਲ ਕੇ ਰੱਬ ਚੇਤੇ ਆਵੇ ਨਾ ਆਵੇ, ਪਰ ਸਾਧ ਸੰਗਤ ਇਹਨਾਂ ਨੂੰ ਵੇਖ ਕੇ ਇਹਨਾਂ ਪਿਆਰਿਆਂ ਨੂੰ ਦੇਖ ਕੇ ਰੱਬ ਜ਼ਰੂਰ ਚੇਤੇ ਆਉਂਦਾ। ਹਰ ਬੰਦੇ ਨੂੰ ਸਮਝ ਆਉਂਦੀ ਆ ਕਿ ਸਤਿਗੁਰੂ ਕਿਰਪਾ ਕਰਨ ਸਾਨੂੰ ਸਭ ਤੋਂ ਵੱਡੀ ਦਾਤ ਰੱਬ ਨੇ ਤੰਦਰੁਸਤੀ ਬਖਸ਼ੀ ਹੈ। ਸੋ ਇਹਨਾਂ ਨੂੰ ਵੇਖ ਕੇ ਰੱਬ ਜ਼ਰੂਰ ਚੇਤੇ ਆਉਂਦਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚੇਤਾ ਵੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰਭ ਆਸਰਾ ਟਰੱਸਟ ਐਲਨਾਬਾਦ ਵਿਖੇ ਵੀਰ ਜਸਵਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ, ਜੋ ਇੱਥੇ ਇੱਕ ਬਿਰਧ ਅਨਾਥ ਆਸ਼ਰਮ ਦੇ ਵਿੱਚ ਅੱਜ
ਅਸੀਂ ਪਹੁੰਚੇ ਹਾਂ ਸਤਿਕਾਰਯੋਗ ਗਿਆਨੀ ਸਰਬਜੀਤ ਸਿੰਘ ਜੀ ਇਹਨਾਂ ਦੇ ਨਾਲ। ਇੱਥੇ ਆ ਕੇ ਜਦੋਂ ਅੰਦਰ ਅਸੀਂ ਹਾਲਾਤ ਵੇਖੇ ਹੈ ਅਤੇ ਜਿਹੜੀ ਗੱਲ ਮੇਰੇ ਤੋਂ ਪਹਿਲਾਂ ਵੀਰ ਜੀ ਨੇ ਗਿਆਨੀ ਜੀ ਨੇ ਕਹੀ ਹੈ ਕਿ ਸਹੀ ਪਿਆਰੇ ਮੇਲ ਜਿਹੜੇ ਆਪਾਂ ਬੋਲਦੇ ਹਾਂ ਅਤੇ ਵਾਕਈ ਹੀ ਉਹਨਾਂ ਨੂੰ ਵੇਖ ਕੇ ਇੱਕ ਵਾਰ ਰੱਬ ਜ਼ਰੂਰ ਯਾਦ ਆ ਜਾਂਦਾ। ਮੈਂ ਜਿੱਥੇ ਗਿਆਨੀ ਜੀ ਦਾ ਧੰਨਵਾਦ ਕਰਦਾ ਕਿ ਇਸ ਥਾਂ ਦਾ ਜਿੱਥੇ ਸਾਨੂੰ ਲਿਆ ਕੇ ਉਹਨਾਂ ਨੇ ਅੱਜ ਚਾਨਣ ਕਰਾਇਆ, ਕਿਉਂਕਿ ਜਿਹੜੀ ਤੰਦਰੁਸਤੀ ਹੈ ਕਈ ਵਾਰ ਅਸੀਂ ਬੜੇ ਨਾ ਸ਼ੁਕਰੇ ਹਾਂ ਪਰਮਾਤਮਾ ਤੋਂ ਇੰਨਾ ਕੁਛ ਲੈਣ ਦੇ ਬਾਅਦ ਵੀ ਜਦੋਂ ਵੀ ਉਹਨਾਂ ਦੇ ਸਨਮੁਖ ਹੁੰਦੇ ਹਾਂ ਅਤੇ ਆਪਾਂ ਕੋਈ ਨਾ ਕੋਈ ਗਿਲਾ ਲੈ ਕੇ ਜਾਂਦੇ ਹਾਂ, ਕੋਈ ਨਾ ਕੋਈ ਸ਼ਿਕਵਾ ਲੈ ਕੇ ਜਾਂਦੇ ਹਾਂ। ਪਰ ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਆਪਾਂ ਇਹਨਾਂ ਨੂੰ ਅੰਦਰੋਂ ਵੇਖ ਕੇ ਅਸੀਂ ਬਾਹਰ ਆਏ ਹਾਂ ਅਤੇ ਅੰਦਰੋਂ ਇੱਕ ਸ਼ੁਕਰ ਨਿਕਲਦਾ ਕਿ ਪਰਮਾਤਮਾ ਨੇ ਬਹੁਤ ਬਹੁਤ ਕੁਛ ਦਿੱਤਾ ਸਾਨੂੰ। ਸੋ ਮੈਂ ਇੱਕ ਤਾਂ ਜਿੱਥੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਇਹੋ ਜਿਹੇ ਵੀਰਾਂ ਨੂੰ ਜਸਵਿੰਦਰ ਸਿੰਘ ਵਰਗਿਆਂ ਨੂੰ ਇੰਨੀ ਕੋਈ ਤੰਦਰੁਸਤੀ ਇੰਨਾ ਕੋਈ ਬਲ ਬਖਸ਼ਿਓ ਮਹਾਰਾਜ ਕਿ ਵੱਡੀਆਂ ਸੇਵਾਵਾਂ ਨਿਭਾ ਸਕਣ। ਜਿਹੜਾ ਇਹ ਇੱਥੇ ਕਿਰਾਏ 'ਤੇ ਉਹਨਾਂ ਨੇ ਜਿਹੜਾ ਚਲਾ ਰਹੇ ਸੀ ਹੁਣ ਜਗ੍ਹਾ ਆਪਣੀ ਬਣੀ ਹੈ। ਅਤੇ ਮੈਂ ਸਾਰੇ ਹੀ ਸੁਣਨ ਵਾਲੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ, ਬੇਸ਼ੱਕ ਆਪਾਂ ਵੱਧ ਰਹੇ ਤਾਂ ਘੱਟੋ ਘੱਟ ਇੱਕ ਇੱਟ ਦੀ ਸੇਵਾ ਕਰ ਸਕੀਏ ਨਾ ਇੱਥੇ ਇਸ ਸਥਾਨ 'ਤੇ, ਅਤੇ ਉਹਦੀ ਵੀ ਆ ਕੇ ਜ਼ਰੂਰ ਕੀਤੀ ਜਾਵੇ। ਜਿਹੜੇ ਇੱਥੇ ਭੇਜ ਸਕਦੇ, ਵੀਰ ਜੀ ਨੇ ਆਪਣਾ ਮੋਬਾਈਲ ਨੰਬਰ ਸਾਰਾ ਦੱਸਿਆ, ਜਿਹੜੇ ਇੱਥੇ ਨਹੀਂ ਆ ਸਕਦੇ ਉਹ ਲੁਧਿਆਣਿਓਂ ਗਿਆਨੀ ਸਰਬਜੀਤ ਸਿੰਘ ਜੀ ਹੈ, ਸਾਨੂੰ ਕਿਸੇ ਨੂੰ ਵੀ ਕੰਟੈਕਟ ਕਰਕੇ ਇੱਥੇ ਆਪਣੀ ਸੇਵਾ ਜਿਹੜੀ ਹੈ ਜ਼ਰੂਰ ਪਹੁੰਚਦੀ ਕਰੋ। ਕਿਉਂਕਿ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਬਹੁਤ ਸਾਰੇ ਜੀ ਅੰਦਰ ਦੇਖੇ ਹੈ ਜਿਨ੍ਹਾਂ ਦਾ ਮੈਂ ਸਮਝਦਾ ਕਿ ਇਹਨਾਂ ਨੇ ਰੋਟੀ ਪਾਣੀ ਤੋਂ ਲੈ ਕੇ ਮਲ ਮੂਤਰ ਤੱਕ ਸਾਰੇ ਹਰ ਚੀਜ਼ ਜਿਹੜੀ ਤੁਸੀਂ ਸੇਵਾ ਹੈ ਇਹ ਇੱਥੇ ਨਿਭਾ ਰਹੇ ਨੇ। ਸੋ ਇਹ ਬਹੁਤ ਵੱਡੀ ਸੇਵਾ ਹੈ, ਕਹਿਣ ਨੂੰ ਔਰ ਆ ਕੇ ਵੇਖਣ ਦੇ ਵਿੱਚ ਬੜਾ ਫਰਕ ਹੈ। ਸੋ ਇੱਧਰ ਨੂੰ ਜਿਹੜੀ ਇਹ ਐਲਨਾਬਾਦ ਸਿਰਸਾ ਰੋਡ ਦੇ ਮੇਨ ਰੋਡ ਦੇ ਉੱਤੇ ਹੀ ਇਹਨਾਂ ਨੇ ਟਰੱਸਟ ਬਣਾਇਆ, ਸਥਾਨ ਬਣਿਆ। ਸੋ ਜਿਹੜੀਆਂ ਸੰਗਤਾਂ ਇੱਧਰੋਂ ਲੰਘਦੀਆਂ ਨੇ ਜ਼ਰੂਰ ਰੋਕ ਕੇ ਕੁਛ ਨਾ ਕੁਛ ਇਹਨਾਂ ਨੂੰ, ਕਿਉਂਕਿ ਜਦੋਂ ਅੰਦਰ ਗਏ ਹਾਂ ਤਾਂ ਮੈਂ ਵੇਖਿਆ ਬਹੁਤ ਸਾਰੇ ਜਿਹੜੇ ਨੇ ਨਾ ਉਹ ਜੀ ਆ ਕੇ ਕੋਈ ਗਲੇ ਲੱਗ ਰਿਹਾ, ਕੋਈ ਹੱਥ ਮਿਲਾ ਰਿਹਾ, ਉਹਨਾਂ ਨੂੰ ਚਾਅ ਚੜਿਆ ਪਿਆ ਕਿ ਪਤਾ ਨਹੀਂ ਕੋਈ ਸਾਡੇ ਕੋਲ ਆਇਆ। ਹਾਲਾਂਕਿ ਕੋਈ ਕਿਸੇ ਚੀਜ਼ ਦੀ ਉਹਨਾਂ ਨੂੰ ਉਮੀਦ ਨਹੀਂ ਸੀ, ਪਰ ਮਿਲ ਕੇ ਬੜੇ ਖੁਸ਼ ਹੁੰਦੇ ਨੇ ਉਹ ਲੋਕ। ਸੋ ਜ਼ਰੂਰ ਆ ਕੇ ਇਹਨਾਂ ਦੇ ਨਾਲ ਆਪਾਂ ਆ ਕੇ ਇਹ ਜਿਹੜੇ ਜ਼ਿੰਦਗੀ ਦੇ ਕੀਮਤੀ ਪਲ ਨੇ ਇਹਨਾਂ ਦੇ ਨਾਲ ਸ਼ੇਅਰ ਕਰੀਏ, ਔਰ ਖਾਸ ਕਰ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਆ ਕਰੀਏ ਇੱਥੇ, ਤਾਂ ਕਿ ਉਹਨਾਂ ਨੂੰ ਦਿਖਾਈਏ ਕਿ ਜਿਹੜੀ ਜੀਵਨ ਹੈ, ਜਿਹੜੀ ਜ਼ਿੰਦਗੀ, ਉਹਦਾ ਅਸਲ ਮਨੋਰਥ ਕੀ ਹੈ। ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਖਾਸ ਕਰ ਗਿਆਨੀ ਜੀ ਦਾ, ਵੀਰ ਜਸਵਿੰਦਰ ਸਿੰਘ ਹਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅਸੀਂ ਦਾਸ ਹਰਪ੍ਰਭਾਸਰਾ ਐਲਨਾਬਾਦ ਤੋਂ ਬੋਲ ਰਹੇ ਹਾਂ। ਵੀਰ ਜੀ, ਸਾਡੇ ਕੋਲ ਵੀਰ ਜੀ ਇਸ ਟਾਈਮ 200+ ਸਾਡੇ ਵੀਰ ਰਹਿ ਰਹੇ ਨੇ ਅਤੇ 100+ ਭੈਣਾਂ ਰਹਿ ਰਹੀਆਂ ਨੇ, ਅਤੇ ਤਕਰੀਬਨ ਅਸੀਂ 145 ਜੋ ਕਿ ਪਰਿਵਾਰ ਨੂੰ ਇਹਨਾਂ ਪਿਆਰਿਆਂ ਨੂੰ ਮਿਲਾਇਆ ਜਾ ਚੁੱਕਿਆ, ਜੋ ਕਿ ਆਪਣੇ ਆਪਣੇ ਘਰ ਪਹੁੰਚ ਗਏ। ਅਤੇ ਇਸ ਟਾਈਮ ਵੀਰ ਜੀ ਸਾਡੇ ਕੋਲ 300+ ਇੱਥੇ ਮਰੀਜ਼ ਰਹਿ ਰਹੇ ਨੇ। ਇੱਥੋਂ ਅਸੀਂ ਲਗਭਗ ਤਕਰੀਬਨ 150 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿੰਨੀ ਜਿੰਨੀ ਦੂਰ ਤੀਕਰ ਸਾਡੇ ਕੋਲ ਸੂਚਨਾਵਾਂ ਆ ਜਾਂਦੀਆਂ ਹਨ, ਜਿੱਥੇ ਵੀ ਕੋਈ ਐਸਾ ਮਰੀਜ਼ ਹੁੰਦਾ ਜੋ ਲਵਾਰਿਸ ਹਾਲਤ 'ਚ ਸਾਨੂੰ ਮਿਲਦਾ, ਉਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ। ਇਹਨਾਂ ਵਾਸਤੇ ਵੀਰ ਜੀ ਅਸੀਂ ਪਹਿਲਾਂ ਜਦੋਂ ਇਹ ਸੰਸਥਾ ਸਟਾਰਟ ਕੀਤੀ ਸੀ ਸਾਡੇ ਕੋਲ 13 ਵੀਰ ਅਤੇ 13 ਭੈਣਾਂ ਸੀ ਜੀ। ਅੱਜ ਸਾਡੇ ਕੋਲ ਤਕਰੀਬਨ 313 ਦੇ ਕਰੀਬ ਭੈਣ ਅਤੇ ਵੀਰ ਸਾਡੇ ਕੋਲ ਰਹਿ ਰਹੇ ਨੇ। ਇਹਨਾਂ ਵਾਸਤੇ ਵੀਰ ਜੀ ਅਸੀਂ ਅੱਗੇ ਜਗ੍ਹਾ ਲਈਏ ਹੁਣ, ਅਤੇ ਬਿਲਡਿੰਗ ਦਾ ਵੀ ਉਸਾਰੀ ਦਾ ਕੰਮ ਚੱਲ ਰਿਹਾ ਉਹਦੇ 'ਚ, ਜਿਹਦੇ ਵਿੱਚ ਅਸੀਂ 11,000 ਰੁਪਏ ਮਰਲਾ ਜੀ ਅਤੇ 2 ਲੱਖ ਰੁਪਏ ਕਨਾਲ ਦਾ ਰੇਟ ਰੱਖਿਆ, 16 ਕੁ ਲੱਖ ਰੁਪਏ ਏਕੜ ਦਾ ਰੇਟ ਰੱਖਿਆ ਜੀ। ਅਤੇ ਇਸ ਦੇ ਵਿੱਚ ਸਾਡੇ ਕੋਲ ਵੀਰ ਜੀ 9 ਕਨਾਲਾਂ ਜਗ੍ਹਾ ਬੁੱਕ ਹੋ ਚੁੱਕੀ ਹੈ ਅਤੇ 1 ਘੱਟ 40 ਕਨਾਲਾਂ ਬਜੇ ਬਾਕੀ ਜਗ੍ਹਾ ਰਹਿੰਦੀ ਹੈ ਬੁੱਕ ਹੋਣ ਵਾਸਤੇ। ਅਤੇ ਅੱਗੇ ਸਾਡੀ ਜੀ ਰਜਿਸਟਰੀ ਹੈ ਜੀ ਅਗਲੇ ਮਹੀਨੇ 'ਚ,
ਅਤੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਵੀ ਵੱਧ ਤੋਂ ਵੱਧ ਇਹਨਾਂ ਵਾਸਤੇ ਬਿਲਡਿੰਗ ਫੰਡ ਦੇ ਵਿੱਚ ਅਤੇ ਰਜਿਸਟਰੀ ਦੇ ਵਿੱਚ ਹਿੱਸਾ ਪਾਈਏ ਆਪਾਂ, ਜੋ ਕਿ ਇਹਨਾਂ ਪ੍ਰਭੂ ਦੇ ਪਿਆਰਿਆਂ ਦਾ ਰਹਿਣ ਵਾਸਤੇ ਘਰ ਬਣ ਜਾਵੇ ਅਤੇ ਇਹ ਸਦੈਵ ਇਹਨਾਂ ਨੂੰ ਕਿਸੇ ਗੱਲ ਦੀ ਕੋਈ ਦਿੱਕਤ ਨਾ ਆਵੇ। ਜਿਸ ਜਗ੍ਹਾ 'ਚ ਅਸੀਂ ਰਹਿ ਰਹੇ ਹਾਂ ਵੀ ਜੀ, ਇਹ ਜਗ੍ਹਾ ਸਾਡੀ ਕਿਰਾਏ 'ਤੇ ਹੈ, ਇਹ ਜਗ੍ਹਾ ਖੁਦ ਹੀ ਨਹੀਂ ਇਹਨਾਂ ਦੀ, ਅਗਲੀ ਜੋ ਜਗ੍ਹਾ ਉਹ ਟਰੱਸਟ ਦੇ ਲੈ ਕੇ ਇਹਨਾਂ ਦੀ ਆਪਾਂ ਬਿਲਡਿੰਗ ਪਾ ਸਕੀਏ, ਜਿਸ ਦੇ ਵਿੱਚ ਸਰੀਆ ਸਮਿੰਟ ਜੋ ਵੀ ਪ੍ਰਕਾਰ ਦੀ ਤੁਸੀਂ ਕੋਈ ਮਦਦ ਕਰ ਸਕਦੇ ਹੋ, ਸੇਵਾ ਉਸ ਪ੍ਰਕਾਰ ਦੀ ਸਾਡੀ ਸੇਵਾ ਕਰ ਸਕਦੇ ਹੋ। ਕਿਸੇ ਵੀ ਸੱਜਣ ਨੇ ਇਹਨਾਂ ਨੂੰ ਭੋਜਨ ਕਰਾਉਣਾ ਹੋਵੇ, ਇੱਕ ਟਾਈਮ ਦਾ ਭੋਜਨ 5100 ਰੁਪਏ ਜੀ, ਅਤੇ ਪੂਰੇ ਦਿਨ ਦਾ 11000 ਰੁਪਈਆ ਜੀ। ਸਾਡਾ ਜੀ ਮੋਬਾਈਲ ਨੰਬਰ ਹੈ ਜੀ 9896383813 ਜੀ। ਸਾਡਾ ਵਟਸਐਪ ਨੰਬਰ ਹੈ ਜੀ 9351480513 ਜੀ। ਇੰਨੀਆਂ ਕਿ ਸੰਗਤਾਂ ਤੋਂ ਸੇਵਾ ਪ੍ਰਵਾਨ ਕਰਨ, ਅਤੇ ਅਸੀਂ ਉਮੀਦ ਕਰਾਂਗੇ ਵੱਧ ਤੋਂ ਵੱਧ ਸਾਨੂੰ ਸਹਿਯੋਗ ਦਿਓ ਜੀ। ਐਡਰੈਸ ਜੀ ਸਾਡਾ ਐਲਨਾਬਾਦ, ਜ਼ਿਲ੍ਹਾ ਸਰਸਾ, ਹਰਿਆਣਾ। ਐਲਨਾਬਾਦ ਤਹਿਸੀਲ ਜੀ, ਜ਼ਿਲ੍ਹਾ ਸਰਸਾ, ਹਰਿਆਣਾ 'ਤੇ ਇਹ ਸੰਸਥਾ ਬਣੀ ਹੋਈ ਹੈ, ਅਤੇ ਜਿੱਥੇ ਕਿ ਇਹ ਹਰ ਪ੍ਰਭਾਸਰਾ ਐਲਨਾਬਾਦ ਟਰੱਸਟ ਸਾਡਾ ਚੱਲ ਰਿਹਾ। ਯੂਟਿਊਬ 'ਤੇ ਸਾਡਾ ਚੈਨਲ ਹੈ ਜੀ ਐਲਨਾਬਾਦ, ਹਰ ਪ੍ਰਭਾਸਰਾ ਐਲਨਾਬਾਦ ਯੂਟਿਊਬ 'ਤੇ ਚੈਨਲ ਵੀ ਹੈ ਜੀ ਸਾਡਾ, ਤੁਸੀਂ ਸਾਡੀ ਸੰਸਥਾ ਵੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇੱਕ ਬੇਨਤੀ ਹੋਰ ਲੈ ਕੇ ਜੋ ਸੰਗਤਾਂ ਦੀ ਸੇਵਾ ਵਿੱਚ ਆਏ ਹਾਂ, ਜੋ ਦੱਸ ਰਹੇ ਅੱਜ ਸਤਿਗੁਰੂ ਜੀ ਨੇ ਸੁਭਾਗ ਸੇਵਾ ਬਖਸ਼ਿਸ਼ ਕੀਤੀ, ਹਰਪ੍ਰਭ ਸੇਵਾ ਆਸਰਾ ਇਸ ਟਰੱਸਟ ਵਿੱਚ, ਜਿੱਥੇ ਮੈਂਟਲੀ ਡਿਸੇਬਲ ਬਿਮਾਰ ਸਰੀਰਾਂ ਨੂੰ ਪਿਆਰਿਆਂ ਦੇ ਰੂਪ ਵਿੱਚ ਸਮਝਿਆ ਜਾ ਰਿਹਾ ਹੈ। ਅੱਜ ਵੀ ਜਸਵਿੰਦਰ ਸਿੰਘ ਜੀ ਜੋ ਇਸ ਸਥਾਨ ਦੇ ਮੁਖੀ ਹਨ, ਇਸ ਸਥਾਨ ਨੂੰ, ਇਸ ਸੇਵਾ ਕੇਂਦਰ ਨੂੰ ਚਲਾ ਰਹੇ ਹਨ, ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਥੋੜ੍ਹੇ ਮਹੀਨਿਆਂ ਵਿੱਚ ਇੱਕ ਮਰੀਜ਼ ਬੀਬੀ ਜੀ ਜੋ ਠੀਕ ਹੋ ਗਏ ਹਨ ਔਰ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਮਿਲ ਗਿਆ ਹੈ, ਕਿਉਂਕਿ ਉਹ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਘਰੋਂ ਲਾਪਤਾ ਹੋ ਚੁੱਕੇ ਸਨ। ਪੁਲਿਸ ਵਾਲਿਆਂ ਨੇ ਸੇਵਾ ਵਾਸਤੇ ਇਹਨਾਂ ਨੂੰ ਦੇਖਦੇ ਅੱਜ ਉਹ ਮਾਤਾ ਜੀ ਠੀਕ ਹੋਏ ਨੇ, ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਲੱਭ ਲਿਆ ਹੈ, ਸੋ ਮਾਂ ਪੁੱਤ ਨੂੰ ਮਿਲਾ ਰਹੇ ਹਨ ਇਹ ਸੇਵਾ ਆਸਰਾ ਕੇਂਦਰ। ਸੋ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ, ਅੱਜ ਉਹ ਬੀਬੀ ਜੀ ਆਪਣੇ ਘਰ ਜਾ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਵੀਰ ਜੀ ਜਸਵਿੰਦਰ ਸਿੰਘ ਜੀ ਔਰ ਸਮੁੱਚੇ ਇਹਨਾਂ ਦੇ ਕਾਚੀ ਸੇਵਾਦਾਰਾਂ ਤੋਂ ਸੇਵਾ ਲੈਣ। ਸੋ ਆਓ, ਤੁਸੀਂ ਦੇਖ ਰਹੇ ਹੋ ਕਿਵੇਂ ਇਹ ਬੇਟਾ ਆਪਣੀ ਮਾਤਾ ਜੀ ਨੂੰ ਲੈਣ ਆਇਆ ਹੈ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਸਤਿਕਾਰਯੋਗ ਸੇਵਾਦਾਰ ਵੀਰ ਜਸਵਿੰਦਰ ਸਿੰਘ ਜੀ 2-4 ਮਹੀਨੇ ਨਾਲ, ਕਿੰਨਾ ਚਿਰ ਹੋ ਗਿਆ ਮਾਤਾ ਜੀ? ਸੋ ਕੌਣ ਸਾ ਜ਼ਿਲ੍ਹਾ? ਚਰਖੀਦਾਤਰੀ ਜ਼ਿਲ੍ਹਾ ਹੈ, ਔਰ ਮਾਤਾ ਜੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਗੁਆਚ ਗਏ ਸੀ। ਵੀਰ ਜੀ ਨੇ ਸੇਵਾ ਕੀਤੀ, ਹੁਣ ਠੀਕ ਹਨ ਔਰ ਪਰਿਵਾਰ ਨੂੰ ਮਿਲਾ ਦਿੱਤਾ, ਘਰ ਲੈ ਕੇ ਜਾ ਰਿਹਾ, ਸਾਡੇ ਲਈ ਖੁਸ਼ੀ ਦੀ ਕੌਣ ਹੈ? ਬਹੁਤ ਹੀ ਬਹੁਤ ਖੁਸ਼ ਹਨ ਮਾਤਾ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੇਵਾ ਕਰਨ, ਇਹਨਾਂ ਦੀ ਸੇਵਾ ਪ੍ਰਵਾਨ ਕਰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।